ਆਓ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਸਵਾਰੀ ਸਤ ਸੰਗਤ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਸਤਿਗੁਰਾਂ ਦੀ ਪਾਵਨ ਬਾਣੀ ਸਰਵਣ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਆਓ ਸਤਿਗੁਰਾਂ ਦੇ ਦਰ 'ਤੇ ਇੱਕ ਮਨ ਇੱਕ ਚਿੱਤ ਹੋ ਕੇ ਇਕਾਗਰ ਹੋ ਕੇ ਨੇਤਰ ਬੰਦ ਕਰਕੇ ਰਸਨਾਂ ਨੂੰ ਪਵਿੱਤਰ ਕਰੀਏ। ਗੱਜ ਕੇ ਆਖਣਾ ਜੀ ਸਤਨਾਮ ਸ੍ਰੀ ਵਾਹਿਗੁਰੂ। ਇਹ ਪਾਵਨ ਸ਼ਬਦ ਸਭ ਤੁਧੈ ਪਾਸੋਂ ਮੰਗਦੇ ਨਿਤ ਕਰ ਅਰਦਾਸ। ਤੀਜੇ ਪਾਤਸ਼ਾਹ ਨਿਥਾਵਿਆਂ ਦੇ ਥਾਮ ਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਰਾਗ ਸ਼੍ਰੀ ਰਾਗ ਦੇ ਵਿੱਚ ਦਰਜ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ, ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭ ਨਾ ਰਾਸ। ਸ਼ਬਦ ਦੀ ਪਹਿਲੀ ਤੁੱਕ ਹੈ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭ ਨਾ ਰਾਸ। ਐ ਪਰਮਾਤਮਾ ਹਰੇਕ ਜੀਵ ਤੇਰਾ ਬਣਾਇਆ ਹੋਇਆ ਏ ਅਤੇ ਤੂੰ ਸਭ ਦਾ ਮਾਲਕ ਹੈ ਅਤੇ ਸਭਨਾਂ ਦਾ ਖਜ਼ਾਨਾ ਵੀ ਤੂੰ ਹੀ ਹੈਗਾ। ਜਗਿਆ ਕੁਸਤ ਨਾ ਭਾਵ ਰਿਜਕ ਵੀ ਤੂੰ ਹੀ ਦੇਣ ਵਾਲਾ ਏ। ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭ ਨਾ ਰਾਸ। ਇੱਕੋ ਤੁੱਕ ਦੇ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਸਮਝਾਉਣਾ ਕਰਦੇ ਹਨ ਵੀ ਅਕਾਲ ਪੁਰਖ ਹੀ ਹੈ ਜਿਹੜਾ ਤੈਨੂੰ ਸਵਾਸ ਵੀ ਦਿੰਦਾ ਏ, ਤੈਨੂੰ ਪਾਲਦਾ ਵੀ ਹੈ, ਤੈਨੂੰ ਜਨਮ ਵੀ ਦਿੰਦਾ ਹੈ ਅਤੇ ਤੈਨੂੰ ਰਿਜਕ ਵੀ ਦਿੰਦਾ ਹੈ। ਗਜ ਕੇ ਆਖੋ ਸਤਨਾਮ ਵਾਹਿਗੁਰੂ। ਫਿਰ ਅੱਗੇ ਪਾਤਸ਼ਾਹ ਜੀ ਫਰਮਾਉਂਦੇ ਨੇ ਸਭ ਤੁਧੈ ਪਾਸੋਂ ਮੰਗਦੇ ਨਿਤ ਕਰ ਅਰਦਾਸ। ਹੁਣ ਪਾਤਸ਼ਾਹ ਜੀ ਕਹਿੰਦੇ ਅਰਦਾਸ ਦਾ ਜੇਕਰ ਆਪਾਂ ਅੱਖਰੀ ਅਰਥ ਕਰੀਏ ਤਾਂ ਅਰਜੋਈ ਕਰਨੀ, ਸਾਹਿਬ ਦੇ ਅੱਗੇ ਤਰਲਾ ਕਰਨਾ, ਬੇਨਤੀ ਕਰਨੀ। ਇਸੇ ਕਰਕੇ ਕਹਿੰਦੇ ਸਦਾ ਜੋਦੜੀਆਂ ਕਰਦੇ ਹਾਂ ਵੀ ਸਾਰੇ ਜੀਵ ਤੇਰੇ ਪਾਸੋਂ ਹੀ ਦਾਨ ਮੰਗਦੇ ਨੇ। ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨ ਹਾਰ ਹਾਰ। ਜਾਂ ਫਿਰ ਪਾਤਸ਼ਾਹ ਜੀ ਸਮਝਾਉਂਦੇ ਨੇ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ। ਹੁਣ ਕਹਿੰਦੇ ਸਾਰਿਆਂ ਦਾ ਦਾਤਾ ਤੂੰ ਹੈ, ਸਭ ਤੁਧੈ ਪਾਸੋਂ, ਸਾਰੇ ਸਭ ਦਾ ਭਾਵ ਸਾਰੇ ਕਹਿ ਦਿੱਤਾ ਪਾਤਸ਼ਾਹ ਨੇ। ਸਭ ਤੁਧੈ ਪਾਸੋਂ ਮੰਗਦੇ ਨਿੱਤ ਕਰ ਅਰਦਾਸ। ਸੱਚੇ ਪਾਤਸ਼ਾਹ ਤੇਰੇ ਅੱਗੇ ਜੋਦੜੀਆਂ ਕਰਦੇ ਆ, ਤਰਲੇ ਕਰਦੇ, ਅਰਦਾਸਾਂ ਕਰਦੇ ਹਾਂ, ਬੇਨਤੀਆਂ ਕਰਦੇ ਹਾਂ ਅਤੇ ਤੇਰੇ ਪਾਸੋਂ ਹੀ ਦਾਨ ਮੰਗਦੇ ਨੇ ਸਾਰੇ ਜੀਵ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਫਿਰ ਅੱਗੇ ਫਰਮਾਉਣਾ ਕਰਦੇ ਨੇ ਸਰਵਣ ਕਰੋ ਜਿਸ ਤੂੰ ਦੇਹ ਤਿਸ ਸਭ ਕੁਛ ਮਿਲੇ ਇੱਕ ਨਾ ਦੂਰ ਹੈ
ਪਾਸ। ਕਹਿੰਦੇ ਜਿਹਨੂੰ ਤੂੰ ਦਾਤ ਦਿੰਦਾ ਹੈ ਨਾ ਉਹਨੂੰ ਸਭ ਕੁਝ ਮਿਲ ਜਾਂਦਾ ਜੀ, ਤੇ ਉਹਦੀ ਨਜ਼ਰ ਸਵੱਲੀ ਹੋ ਜਾਵੇ, ਭਾਵ ਉਹਦੀ ਭਟਕਣਾ ਦੂਰ ਹੋ ਜਾਂਦੀ ਹੈ। ਪਰ ਕਹਿੰਦੇ ਜਿਹੜੇ ਤੈਨੂੰ ਛੱਡ ਕੇ ਹੋਰ ਦਰ 'ਤੇ ਆਪਣਾ ਸਿਰ ਨਵਾਉਂਦੇ ਨੇ ਨਾ, ਉਹਨਾਂ ਦੇ ਤੂੰ ਨਿਕਟ ਹੋ ਕੇ ਵੀ, ਉਹਨਾਂ ਦੇ ਨੇੜੇ ਹੋ ਕੇ ਵੀ ਤੂੰ ਦੂਰ ਪ੍ਰਤੀਤ ਹੁੰਦਾ ਗਾ ਜਿੱਕੇ ਆ ਉਸ ਦਿਨਾਂ। ਵਾਹਿਗੁਰੂ, ਦੁਬਾਰਾ ਫਿਰ ਸਮਝਣ ਵਾਲੀ ਗੱਲ ਹੈ, ਜਿਸ ਤੂੰ ਦੇਹ ਅਤੇ ਸਭ ਕੁਛ ਮਿਲੇ। ਕਹਿੰਦੇ ਜਿਸ ਨੂੰ ਤੂੰ ਦਾਤ ਦਿੰਦਾ ਉਹਨੂੰ ਸਾਰਾ ਕੁਝ ਮਿਲ ਜਾਂਦਾ। ਇੱਕ ਨਾ ਦੂਰ ਹੈ ਪਾਸ, ਅਤੇ ਕਈਆਂ ਨੂੰ ਤੂੰ ਨੇੜੇ ਹੋ ਕੇ ਵੀ ਦੂਰ ਪ੍ਰਤੀਤ ਲੱਗਦਾ ਗਾ ਜਿੱਕੇ ਆ ਉਸ ਦਿਨਾਂ। ਵਾਹਿਗੁਰੂ, ਕਿਉਂਕਿ ਮਹਾਰਾਜ ਕਹਿੰਦੇ ਸਭ ਕੁਛ ਘਰ ਮੈਂ ਬਾਹਰ ਬਾਹਰ ਨਾ ਆਏ, ਜਾਂ ਕਹਿੰਦੇ ਹਿਰਦੇ ਨਾਮ ਵਸਾਏ ਉਹ ਘਰ ਬੈਠੇ ਗੁਰੂ 'ਤੇ ਆਏ। ਪਾਤਸ਼ਾਹ ਬੜੀਆਂ ਸੋਹਣੀਆਂ ਉਦਾਹਰਨਾਂ ਦੇ ਕੇ ਸਮਝਾਉਂਦੇ ਨੇ, ਕਹਿੰਦੇ ਕਿੱਥੇ ਤੁਰਿਆ ਫਿਰਦਾ, ਕਿਉਂ ਥਾਂ ਥਾਂ 'ਤੇ ਕਹਿੰਦੇ ਜਾ ਕੇ ਮੱਥੇ ਰਗੜਦਾ। ਸਾਰਾ ਕੁਛ ਤਾਂ ਅੰਦਰ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ। ਕਹਿੰਦੇ ਕਈਆਂ ਨੂੰ ਨੇੜੇ ਹੋ ਕੇ ਵੀ ਬੜਾ ਦੂਰ ਲੱਗਦਾ ਵੀ ਸਾਹਿਬ ਪਤਾ ਨਹੀਂ ਕਿਹੜੇ ਦੇਸ਼ ਵਸਦਾ ਗੱਜ ਕੇ ਆ ਕੁਛ ਦਿਨਾਂ। ਪ੍ਰੀਤਮ ਕੇ ਦੇਸ ਕੈਸੇ ਵਤਨ ਸੇ ਜਾਈਏ। ਕਹਿੰਦੇ ਉਹਨਾਂ ਨੂੰ ਤੂੰ ਨੇੜੇ ਨਹੀਂ ਦੇਖਦਾ, ਉਹਨਾਂ ਨੂੰ ਦੂਰ ਪ੍ਰਤੀਤ ਹੁੰਦਾ ਏ, ਇਸ ਕਰਕੇ ਉਹ ਤੇਰੀਆਂ ਦਾਤਾਂ ਤੋਂ ਵਾਂਝੇ ਰਹਿ ਜਾਂਦੇ ਆ ਗੱਜ ਕੇ ਆ ਕੁਛ ਦਿਨਾਂ। ਕਈ ਵਾਰ ਮਨੁੱਖ ਦੂਰ ਹੋ ਕੇ ਵੀ ਸਾਹਿਬ ਦੇ ਨੇੜੇ ਹੋ ਜਾਂਦਾ, ਉਹਨੂੰ ਇਉਂ ਲੱਗਦਾ ਵੀ ਸਦਾ ਹੀ ਮੇਰੇ ਨਾਲ ਹੈ, ਗੁਰ ਮੇਰਾ ਸੰਗ ਸਦਾ ਹੈ ਨਾਲ। ਦੇਖੋ ਆਪ ਹੀ ਕਹਿ ਰਿਹਾ ਪਾਤਸ਼ਾਹ, ਸਿਮਰ ਸਿਮਰ ਤੇ ਸਦਾ ਸੰਭਾਲ ਸਦਾ ਸੰਭਾਲ। ਇੰਨਾ ਨੇੜੇ ਹੈ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਬ੍ਰਤ ਪਾਲੇ। ਅੱਗੇ ਫਰਮਾਉਂਦੇ ਨੇ ਪਾਤਸ਼ਾਹ, ਤੁਧ ਬਾਝੋ ਥਾਓ ਕੋ ਨਾਹੀ ਜਿਸ ਪਾਸੋਂ ਮੰਗੀ ਹੈ, ਮਨ ਵੇਖੋ ਕੋ ਨਿਰਜਾਸ। ਨਿਰਜਾਸ ਦਾ ਭਾਵ ਹੁੰਦਾ ਨਿਰਣਾ ਕਰ ਲੈਣਾ, ਪੱਕਾ ਮਨ ਬਣਾ ਲੈਣਾ। ਕਹਿੰਦੇ ਕੋਈ ਵੀ ਧਿਰ ਮਨ ਵਿੱਚ ਨਿਰਣਾ ਕਰਕੇ ਵੇਖ ਲਏ ਵੀ ਪ੍ਰੀਤਮ ਜੀ ਇੱਥੋਂ ਬਿਨਾਂ ਕੋਈ ਹੋਰ ਟਿਕਾਣਾ ਹੀ ਨਹੀਂ ਗਜ ਕਿਆ ਉਸ ਦਿਨਾਂ, ਜਿੱਥੋਂ ਕੁਝ ਮੰਗ ਸਕੀਏ। ਸੱਚੇ ਪਾਤਸ਼ਾਹ, ਪਾਤਸ਼ਾਹ ਕਹਿੰਦੇ ਨਿਰਣਾ ਕਰ ਲੈ ਵੀ ਜੇਕਰ ਕੋਈ ਹੋਰ ਵੀ ਇਹੀ ਦਰ ਹੈ, ਇੱਥੋਂ ਹੀ ਨਿਸ਼ਚਾ ਪੱਕਾ ਕਰ ਲੈ ਗੱਜ ਕੇ ਆ ਉਸ ਦਿਨਾਂ। ਫਿਰ ਕਹਿੰਦੇ ਸਭ ਤੁਧ ਹੈ ਨੌ ਸਲਾਹਾਂ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ। ਪਾਤਸ਼ਾਹ ਕਹਿੰਦੇ ਉਂਝ ਤਾਂ ਸਾਰੇ ਜੀਵ ਸਾਰੀ ਸ੍ਰਿਸ਼ਟੀ ਤੇਰੀ ਵਡਿਆਈ ਕਰਦੀ ਹੈ ਪਾਤਸ਼ਾਹ ਜੀ, ਕਰਦੇ ਹੈ ਨਾ ਸਾਰੀ ਵਡਿਆਈ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ ਆਈਆਂ। ਬਾਣੀ ਨੂੰ ਨਾ ਜਿਵੇਂ ਆਪਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਨਾਲ ਗੱਲਾਂ ਕਰਦੇ ਹਾਂ ਨਾ, ਇਉਂ ਪੜਿਆ ਕਰੋ ਗੱਜ ਕੇ ਆ ਉਸ ਦਿਨਾਂ। ਵਾਹਿਗੁਰੂ, ਸਾਹਿਬ ਦੇ ਦਰਸ਼ਨ ਹੋਣਗੇ ਤੁਹਾਨੂੰ, ਇਉਂ ਪ੍ਰਤੀਤ ਹੋਵੇਗਾ ਵੀ ਸਾਹਿਬੇ ਪਾਤਸ਼ਾਹ ਆਪ ਤੁਹਾਡੇ ਨਾਲ ਗੱਲਾਂ ਕਰ ਰਹੇ ਨੇ। ਕੀ ਕਹਿੰਦੇ ਸਭ ਤੁਧ ਹੈ ਨੌ ਸਲਾਹਾਂ ਦੇ, ਕਹਿੰਦੇ ਊਂ ਤਾਂ ਪਾਤਸ਼ਾਹ ਜੀ ਤੇਰੇ ਸਾਰੀ ਵਡਿਆਈ ਕਰਦੇ ਨੇ, ਪਰ ਗੁਰੂ ਦੇ ਸਨਮੁਖ ਰਹਿੰਦੇ ਹਨ, ਤੂੰ ਆਪਣੀ ਦਰਗਾਹ ਵਿੱਚ ਪ੍ਰਗਟ ਕਰਦਾ ਹੈ, ਭਾਵ ਉਹਨਾਂ ਨੂੰ ਬਖਸ਼ ਦਿੰਦਾ ਤੂੰ ਗੱਜ ਕੇ ਆ ਉਸ ਦਿਨਾਂ, ਜਿਹੜੇ ਤੈਨੂੰ ਸਲਾਹੁੰਦੇ ਨੇ।
ਜਿਹੜੀ ਤੇਰੀ ਸਿਫਤ ਸਲਾਹ ਕਰਦੇ ਨੇ, ਜਿਹੜੇ ਤੇਰੇ ਪਿਆਰ ਦੇ ਗੀਤ ਗਾਉਂਦੇ ਆ ਗੱਜ ਕੇ ਆਖ ਉਸ ਨਾਮ। ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ, ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਉਹਨੇ ਦੀਨ ਦੁਨੀਆਂ ਦੇ ਮਾਲਕ ਪਾਤਸ਼ਾਹ ਕਹਿੰਦੇ ਖੇਡ ਸਾਰੀ ਇਹ ਆ ਨਿਉ ਦੀ, ਪ੍ਰੇਮ ਦੀ, ਪਿਆਰ ਦੀ, ਭਾਵ ਦੀ। ਹੁਣ ਜਿਹੜਾ ਗੁਰੂ ਵਾਲਾ ਪ੍ਰੇਮ ਹੈ, ਗੁਰੂ ਧਨ ਨਹੀਂ ਮੰਗਦਾ, ਗੁਰੂ ਦੌਲਤ ਨਹੀਂ ਮੰਗਦਾ, ਗੁਰੂ ਸ਼ੋਹਰਤ ਨਹੀਂ ਮੰਗਦਾ। ਇਸ ਦਰ 'ਤੇ ਤੂੰ ਚਾਹੇ ਕੌਡੀ ਰੱਖ ਦੇ ਭਾਵਨਾ ਦੇ ਨਾਲ, ਉਹ ਵੀ ਪ੍ਰਵਾਨ ਹੋ ਜਾਵੇਗੀ ਗੱਜ ਕੇ ਆਖੋ ਸਤਨਾਮ। ਵਾਹਿਗੁਰੂ। ਕੀ ਕਹਿੰਦੇ ਆ ਪਾਤਸ਼ਾਹ? ਵੀ ਸਾਰੇ ਤੇਰੇ ਕੋਲੋਂ ਮੰਗਦੇ ਆ, ਤੇਰੇ ਦਰ ਤੋਂ ਹੋਰ ਕੋਈ ਟਿਕਾਣਾ ਨਹੀਂ। ਤੂੰ ਨਿਰਣਾ ਕਰ ਲੈ, ਪੱਕਾ ਮਨ ਬਣਾ ਲੈ। ਇੱਕ ਕਵੀ ਲਿਖਦਾ ਕਹਿੰਦੇ, ਰੱਬ ਵਾਲਿਆਂ ਦੀ ਇਹ ਨਿਸ਼ਾਨੀ, ਉਹ ਦਿਸਦੇ ਖਰੇ ਨਿਮਾਣੇ। ਰੱਬ ਵਾਲਿਆਂ ਦੀ ਇਹ ਨਿਸ਼ਾਨੀ, ਉਹ ਦਿਸਦੇ ਖਰੇ ਨਿਮਾਣੇ। ਮੰਦਾ ਕਿਸੇ ਨੂੰ ਆਖਣ ਨਾ ਹੀ, ਉਹ ਸਭ ਸਹਿ ਦੇ ਮਨ ਭਾਣੇ। ਮਿੱਠਾ ਬੋਲਣ ਨਿਵ ਚੱਲਣ, ਉਹ ਦਿਲ ਨਾ ਕਿਸੇ ਦਾ ਰਿਆਣੀ। ਆਪ ਗਵਾਲਾ ਖੁਦੀ ਤਕੱਬਰੀ, ਉਹਨਾਂ ਉਡਗੀ ਵਾਂਗ ਟਟਾਣੀ। ਗੱਜ ਕੇ ਆ ਕੁਸਤ ਨਾ। ਕਹਿੰਦੇ ਰੱਬ ਵਾਲਿਆਂ ਦੀ ਇਹ ਨਿਸ਼ਾਨੀ ਹੈ, ਉਹ ਬੜੇ ਨਿਮਾਣੇ ਦਿਸਦੇ ਹੁੰਦੇ ਨੇ। ਗੱਜ ਕੇ ਆ ਕੁਸਤ ਨਾ। ਉਹਨਾਂ ਦੇ ਅੰਦਰ ਹਉਮੈ ਨਹੀਂ, ਆਪਣੇ ਆਪ ਨੂੰ ਵੱਡਾ ਨਹੀਂ ਜਣਾਉਂਦੇ ਉਹ। ਉਹ ਹਮੇਸ਼ਾ ਆਪਣੇ ਆਪ ਨੂੰ ਨਿਮਾਣਾ ਕਹਿੰਦੇ ਨੇ, ਵੀ ਬਸ ਸਾਰਾ ਕੁਝ ਅਕਾਲ ਪੁਰਖ ਦਿੱਤਾ ਹੋਇਆ। ਗੱਜ ਕੇ ਆ ਕੁਸਤ ਨਾ। ਵਾਹਿਗੁਰੂ।